ਸਾਧ ਸੰਗਤ ਜੀ, ਇੱਕ ਮੈਂ ਸਪਸ਼ਟ ਰੂਪ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਕਈ ਵਾਰੀ ਨਾ ਦਸਵੰਧ ਦੀ ਵਿਆਖਿਆ ਗਲਤ ਕੀਤੀ ਜਾਂਦੀ ਹੈ। ਆਖੇ ਜੀ ਗੁਰਦੁਆਰਿਆਂ 'ਚ ਦਸਵੰਧ ਨਹੀਂ ਦੇਣਾ ਚਾਹੀਦਾ, ਲੋੜਵੰਦਾਂ ਨੂੰ ਆਪਣਾ ਦਸਵੰਧ ਦਿਓ। ਭਾਈ ਦਸਵੰਧ ਹੁੰਦਾ ਹੀ ਗੁਰੂ ਦੇ ਨਿਮਿੱਤ ਹੈ। ਜਿਹੜੀ ਕਮਾਈ ਹੋਵੇ, ਜਿੰਨਾ ਉਹਦੇ ਵਿੱਚੋਂ ਹਿਸਾਬ ਨਾਲ ਨਫ਼ਾ ਮਿਲਦਾ ਨਾ, ਉਸ ਨਫ਼ੇ ਵਿੱਚੋਂ ਦਸਵਾਂ ਦਸਵੰਧ ਗੁਰੂ ਦੇ ਨਿਮਿੱਤ ਦੇਣਾ ਹੁੰਦਾ। ਜਿਹੜੀ ਲੋੜਵੰਦਾਂ ਦੀ ਸੇਵਾ ਕਰਨੀ ਹੈ, ਉਸ ਤੋਂ ਵੀ ਨਹੀਂ ਕਦੇ ਪਿੱਛੇ ਹਟਣਾ, ਦੁਖੀਆਂ ਅਤੇ ਲੋੜਵੰਦਾਂ ਦੀ। ਉਹ ਜਿਹੜੀ ਲੋੜਵੰਦਾਂ ਦੀ ਸੇਵਾ, ਉਹ ਤੁਸੀਂ ਦਸਵੰਧ ਵਿੱਚੋਂ ਨਹੀਂ, ਉਹ ਆਪਣੀ ਕਮਾਈ ਵਿੱਚੋਂ ਕਰੋ, ਉਹਦਾ ਫਲ ਤੁਹਾਨੂੰ ਬਹੁਤ ਮਿਲੇਗਾ। ਮਹਾਰਾਜ ਜੀ ਨੇ ਕਿਹਾ ਨਾ, ਦਸ ਵਸਤੂ ਲਈ ਪਾਛੈ ਪਾਵੈ, ਏਕ ਵਸਤ ਕਾਰਨ ਬੇ ਖੋਟ ਗੁਆਵੈ, ਏਕ ਪੀ ਨਾ ਦੇ ਦਸ ਪੀ ਹਿਰਲੇ ਤਾਉ ਮੂੜਾ ਕਹੁ ਕਹਾਂ ਕਰੇ। ਇਹ ਬਚਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਜੀ ਦੇ ਹਨ, ਔਰ ਦਸਮ ਪਾਤਸ਼ਾਹ ਜੀ ਦੇ ਬਚਨ ਹਨ। ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ, ਜੋ ਬਾਬੇ ਕੇ ਦਾਮ ਨਾ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ। ਬਾਬਾ ਘਰ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਦਰ ਹੈ। ਆਪਣਾ ਦਸਵੰਧ ਹਰਿਮੰਦਰ ਸਾਹਿਬ ਦਿਓ, ਆਪਣਾ ਦਸਵੰਧ ਗੁਰੂ ਕੇ ਇਤਿਹਾਸਕ ਸਥਾਨਾਂ ਤੇ ਦਿਓ, ਆਪਣਾ ਦਸਵੰਧ ਆਪਣੇ ਨਗਰਾਂ ਵਿੱਚ ਜਿੰਨੇ ਗੁਰੂ ਘਰ ਬਣਾਏ ਆ, ਸਤਿਗੁਰੂ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਕਰੋ। ਲੋੜਵੰਦਾਂ ਦੀ ਸੇਵਾ ਕਰਨ ਦਾ ਚਾਅ ਹਰ ਸਿੱਖ ਦੇ ਮਨ ਵਿੱਚ ਚਾਹੀਦਾ, ਚਾਅ ਹੈ ਨਾ ਸੇਵਾ ਕਰਨ ਦਾ। ਤਾਂ ਭਾਈ ਲੋੜਵੰਦਾਂ ਨੂੰ ਆਪਣੀ ਕਮਾਈ ਵਿੱਚੋਂ ਦਿਓ ਨਾ, ਦੇਣਾ ਵੀ ਚਾਹੀਦਾ। ਕੋਈ ਬਿਮਾਰ ਹੈ ਉਹਦਾ ਇਲਾਜ ਕਰਾਓ, ਕੋਈ ਲੜਕੀ ਵਿਆਹੁਣ ਵਾਲੀ ਹੈ, ਗਰੀਬ ਪਰਿਵਾਰ ਹੈ, ਉਹਨਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰੋ। ਜੇਲ੍ਹਾਂ ਵਿੱਚ ਗੁਰੂ ਕੇ ਸਿੱਖ ਬੈਠੇ ਆ, ਉਹਨਾਂ ਲਈ ਰਸਤ ਲੈ ਕੇ ਜਾਓ, ਉਹਨਾਂ ਲਈ ਹਰ ਪੱਖ ਤੋਂ ਮਦਦ ਕਰੋ। ਹੋਰ ਜਿੱਥੇ ਜਿੱਥੇ ਵੀ ਕੋਈ ਵਿੱਦਿਆ ਨਹੀਂ ਪੜ੍ਹ ਸਕਦਾ ਬੱਚਾ, ਯੋਗ ਹੈ ਲਾਇਕ ਹੈ, ਉਹਨਾਂ ਨੂੰ ਵਿੱਦਿਆ ਪੜ੍ਹਾਉਣ ਦਾ ਕਾਰਜ ਕਰੋ। ਹਰ ਤਰ੍ਹਾਂ ਦੀ ਸੇਵਾ ਕਰੋ, ਕਰਨੀ ਚਾਹੀਦੀ ਹੈ। ਮੈਂ ਕਈ ਵਾਰੀ ਵੇਖਦਾ ਸੇਵਾ ਤਾਂ ਕਰਦੇ ਹੈ ਪਰ ਦਿਖਾਉਂਦੇ ਬੜਾ, ਵੀ ਆਹ ਫਲਾਨਾ ਪਰਿਵਾਰ ਬੜਾ ਦੁਖੀ ਸੀ ਜੀ, ਇਹਨਾਂ ਦੇ ਘਰ ਵਿੱਚ ਰੋਟੀ ਨਹੀਂ ਪੱਕਦੀ ਸੀ, ਕੱਪੜੇ ਨਹੀਂ ਸਨ, ਦਵਾਈ ਬੂਟੀ ਨਹੀਂ ਸੀ। ਫਿਰ ਬੜੀਆਂ ਵੀਡੀਓ ਬਣਾ ਬਣਾ ਕੇ ਸਾਧ ਸੰਗਤ ਜੀ ਮੋਬਾਈਲਾਂ ਵਿੱਚ ਭੇਜਦੇ ਆ ਕਿ ਅਸੀਂ ਫਲਾਨੇ ਦਾ ਇਲਾਜ ਕਰਾਇਆ, ਫਲਾਨੇ ਨੂੰ ਇੰਨਾ ਧਨ ਦਿੱਤਾ, ਫਲਾਨੇ ਦੀ ਆਹ ਮਦਦ ਕੀਤੀ। ਸਾਧ ਸੰਗਤ ਜੀ ਇਹ ਕਾਹਦੀ ਮਦਦ ਹੈ? ਠੀਕ ਹੈ ਉਤਸ਼ਾਹ ਦੂਜਿਆਂ ਵਿੱਚ ਪੈਦਾ ਕਰਨ ਦਾ ਇੱਕ ਵਸੀਲਾ ਹੈ, ਪਰ ਅਗਲੇ ਦੀ ਮਦਦ ਕਰਕੇ ਸੌ ਵਾਰੀ ਅਗਲੇ ਨੂੰ ਜਿਤਾ ਦਿੱਤਾ, ਉਹ ਕਾਹਦੀ ਮਦਦ ਹੈ? ਮਦਦ ਉਹ ਹੈ, ਧਾਰਮਿਕ ਗ੍ਰੰਥਾਂ ਦਾ ਤਾਂ ਇਹ ਕਥਨ ਹੈ, ਸੱਜਾ ਹੱਥ ਦਾਨ ਕਰੇ ਖੱਬੇ ਨੂੰ ਖਬਰ ਵੀ ਨਾ ਹੋਵੇ ਵੀ ਦਾਨ ਹੋ ਗਿਆ ਕਿ ਨਹੀਂ ਹੋ ਗਿਆ। ਭਾਵ ਕਿਸੇ ਦੀ ਮਦਦ ਕਰਨੀ ਹੈ ਤਾਂ ਅਗਲੇ ਨੂੰ ਜਲੀਲ ਤਾਂ ਨਾ ਕਰੋ, ਅਗਲੇ ਨੂੰ ਭੰਡੋ ਤਾਂ ਨਾ, ਪਰਮੇਸ਼ਰ ਦਾ ਸਮਝ ਕੇ, ਵਾਹਿਗੁਰੂ ਦਾ ਸਮਝ ਕੇ ਗਰੀਬ ਦੀ ਮਦਦ ਕਰੋ। ਮਨ ਵਿੱਚ ਇਹ ਭਾਵਨਾ ਰੱਖੋ, ਹੇ ਪਰਮੇਸ਼ਰ, ਹੇ ਅਕਾਲ ਪੁਰਖ, ਮੈਂ ਕੀ ਸੀ ਦੇਣ ਜੋਗਾ, ਮੇਰੇ ਪੱਲੇ ਕੀ ਸੀ, ਮੈਂ ਤਾਂ ਨੰਗਾ ਹੀ ਆਇਆ ਸੀ ਨਾ ਮਾਤ ਲੋਕ ਤੇ, ਨੰਗੇ ਨੂੰ ਵਸਤਰ ਵੀ ਤੂੰ ਦਿੱਤੇ, ਪਾਲਿਆ ਪੜੋਸਿਆ ਵੀ ਤੇਰੇ ਸਾਧਨਾ ਵਿੱਚੋਂ, ਜੇ ਮੈਨੂੰ ਦੌਲਤ ਮਿਲੀ ਹੈ ਤਾਂ ਮਹਾਰਾਜ ਤੇਰੀ ਕਿਰਪਾ ਨਾਲ ਮਿਲੀ ਹੈ, ਤੇ ਇਹਦੇ ਵਿੱਚ ਮੇਰਾ ਕੀ ਹੈ, ਸਭ ਕੁਝ ਤੇਰਾ ਹੀ ਹੈ।
ਤੇ ਸਬਰ ਸੰਤੋਖ ਰੱਖ ਕੇ ਭਾਈ ਕਿਸੇ ਨੂੰ ਡਣਾਓ ਨਾ, ਅਗਲੇ ਦੀ ਮਦਦ ਕਰੋ। ਮਹਾਂਪੁਰਖ ਇੱਕ ਬੜੀ ਸੋਹਣੀ ਸਾਖੀ ਸੁਣਾਇਆ ਕਰਦੇ ਸਨ। ਸਾਧ ਸਿੰਘ ਜੀ ਕੋਈ ਦੋ ਮਿੱਤਰ ਸਨ ਆਪਸ ਵਿੱਚ, ਉਹਨਾਂ ਦਾ ਬੜਾ ਪਿਆਰ ਸੀ, ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ। ਵਾਹਿਗੁਰੂ ਦੀ ਦੇਵ ਨੇ ਤਾਂ ਸਾਧ ਸਿੰਘ ਜੀ ਕਈ ਵਾਰੀ ਕਰਮ ਹੁੰਦੇ ਆ, ਭਾਗ ਹੁੰਦੇ ਆ, ਇੱਕ ਮਿੱਤਰ ਦੇ ਐਸੇ ਕਰਮ ਜਾਗੇ, ਉਹ ਬੜਾ ਧਨਾੜ ਤੇ ਅਮੀਰ ਸ਼ਾਹੂਕਾਰ ਬਣ ਗਿਆ, ਬਹੁਤ ਪੈਸਾ ਉਹਦੇ ਕੋਲ ਆ ਗਿਆ। ਦੂਜਾ ਵਿਚਾਰਾ ਗਰੀਬੀ ਨਾਲ ਘੁਲਦਾ, ਦਿਨ ਰਾਤ ਰੋਟੀ ਵੀ ਨਹੀਂ, ਘਰ ਵਿੱਚ ਇੱਕ ਡੰਗ ਦੀ ਪੂਰੀ ਜੁੜਦੀ। ਹੁਣ ਉਹਨੇ ਕਿਸੇ ਬੰਦੇ ਦੇ ਰਾਹੀਂ ਪਤਾ ਕੀਤਾ ਕਿ ਫਲਾਣੇ ਨਗਰ ਵਿੱਚ ਮੇਰਾ ਮਿੱਤਰ ਰਹਿੰਦਾ, ਮੈਨੂੰ ਉਹਦਾ ਹਾਲ ਪੁੱਛ ਕੇ ਦੱਸੋ। ਸਾਧ ਸਿੰਘ ਜੀ ਕਿਸੇ ਨੇ ਦੱਸਿਆ ਵੀ ਤੇਰਾ ਮਿੱਤਰ ਤਾਂ ਵਿਚਾਰਾ ਬਹੁਤ ਦੁਖੀ ਹੈ, ਉਹਦੇ ਘਰ ਵਿੱਚ ਤਾਂ ਰੋਟੀ ਵੀ ਨਹੀਂ ਜੁੜਦੀ। ਬੜਾ ਪਛਤਾਪ ਕੀਤਾ ਮਨ ਵਿੱਚ ਵੀ ਮੇਰਾ ਇੰਨਾ ਧਨ ਦੌਲਤ ਪਦਾਰਥ ਕਿਸ ਕੰਮ, ਜੇ ਮੇਰਾ ਮਿੱਤਰੀ ਗਰੀਬੀ ਨਾਲ ਘੁਲਦਾ ਦੁਖੀ ਹੈ। ਉਸ ਬੰਦੇ ਨੇ ਖੋਏ ਦੀਆਂ ਪਿੰਨੀਆਂ ਬਣਾਈਆਂ ਸਾਧ ਸਿੰਘ ਜੀ, ਖੋਏ ਦੀਆਂ ਪਿੰਨੀਆਂ। ਖੋਏ ਦੀਆਂ ਪਿੰਨੀਆਂ ਵਿੱਚ ਸਵਾ ਸਵਾ ਤੋਲਾ ਸੋਨਾ ਵਿੱਚ ਰੱਖ ਕੇ ਉੱਤੋਂ ਪਿੰਨੀਆਂ ਵੱਟ ਦਿੱਤੀਆਂ। ਜਦੋਂ ਐਨ ਚੰਗੀ ਤਰ੍ਹਾਂ ਪਿੰਨੀਆਂ ਵੱਟੀਆਂ ਗਈਆਂ, ਪਾਟੇ ਦੇ ਕੱਪੜੇ, ਪਾਟੇ ਦੇ ਦੋ ਝੋਲੇ, 10 ਕਿਲੋ ਖੋਏ ਦੀਆਂ, 10 ਸੇਰ ਖੋਏ ਦੀਆਂ ਪਿੰਨੀਆਂ ਲੈ ਕੇ, ਗਰੀਬੀ ਵਾਲਾ ਲਿਬਾਸ ਲੈ ਕੇ ਉਹਦੇ ਆਪਣੇ ਮਿੱਤਰ ਦੇ ਘਰ ਵਿੱਚ ਆਇਆ। ਉਹਨੂੰ ਵਿਚਾਰੇ ਨੂੰ ਬੜਾ ਚਾਅ ਚੜ੍ਹਿਆ, ਵੇਖ ਕੇ ਬੜਾ ਪਿਆਰ ਕੀਤਾ, ਗਲਵੱਕੜੀ ਵਿੱਚ ਲਿਆ, ਜੋ ਘਰ ਵਿੱਚ ਸਰ ਬਣੇ ਆਉਂਦਾ ਸੀ ਜਲ ਪਾਣੀ ਛਕਾਇਆ। ਔਰ ਉਹ ਜਿਹੜਾ ਲੈ ਕੇ ਆਇਆ ਸੀ, ਕਹਿਣ ਲੱਗਾ, ਭਰਾਵਾ ਸਿਆਲਾਂ ਦੇ ਦਿਨ ਆ ਰਹੇ ਹੈ, ਮੈਂ ਸੋਚਿਆ ਮੈਂ ਆਪਣੇ ਭਰਾ ਨੂੰ ਪਿੰਨੀਆਂ ਦੇ ਆਵਾਂ, ਤਾਂ ਕਿ ਸਿਆਲਾਂ ਦੇ ਵਿੱਚ ਪਿੰਨੀਆਂ ਖਾ ਲਵੇਗਾ ਔਰ ਸਿਆਲ ਸੌਖਾ ਲੰਘ ਜਾਏਗਾ। ਗਿਜਾ ਹੁੰਦੀ ਹੈ ਨਾ, ਖੁਰਾਕ ਹੁੰਦੀ ਹੈ, ਇਹ ਤੈਨੂੰ ਮੈਂ ਪਿੰਨੀਆਂ ਦੇਣ ਵਾਸਤੇ ਆਇਆ ਵੀ, ਚਲੋ ਹੋਰ ਤਾਂ ਮੈਂ ਤੈਨੂੰ ਕੁਝ ਦੇ ਨਹੀਂ ਸਕਦਾ, ਪਿੰਨੀਆਂ ਹੀ ਮੈਂ ਤੇਰੇ ਲਈ ਲੈ ਆਇਆ। ਸਾਧ ਸੰਗਤ ਜੀ ਪਿੰਨੀਆਂ ਦੇ ਕੇ ਉਹ ਵਿਚਾਰਾ ਨੇਕ ਭਲਾ ਪੁਰਸ਼ ਆਪਣੇ ਘਰ ਨੂੰ ਵਾਪਸ ਮੁੜ ਗਿਆ। ਜਦੋਂ ਗਰੀਬ ਮਿੱਤਰ ਨੇ ਵੇਖਿਆ ਨਾ, ਇੱਕ ਇੱਕ ਪਿੰਨੀ ਖੋਲਦਾ ਤਾਂ ਉਹਦੇ ਵਿੱਚ ਸਵਾ ਸਵਾ ਤਲਾ ਤੋਲਾ ਸੋਨਾ, ਉਦੋਂ ਫਿਰ ਉਹ ਕਹਿੰਦਾ, ਵਾਹ ਉਹ ਮਿੱਤਰਾ, ਤੇਰੇ ਵਰਗਾ ਮਿੱਤਰ ਹੋਣਾ ਚਾਹੀਦਾ ਜ਼ਿੰਦਗੀ ਵਿੱਚ, ਜਿਹਨੇ ਇਹ ਨਹੀਂ ਜਿਤਾਇਆ ਕਿ ਮੈਂ ਤੇਰੀ ਕੋਈ ਮਦਦ ਕਰਨ ਆਇਆ ਜਾਂ ਮੈਂ ਤੇਰੇ 'ਤੇ ਕੋਈ ਆਸਾਨ ਕਰਨ ਆਇਆ, ਪੜਦੇ ਵਿੱਚ ਮੇਰੀ ਮਦਦ ਵੀ ਕਰ ਦਿੱਤੀ, ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਔਰ ਅਹਿਸਾਸ ਵੀ ਨਹੀਂ ਕਰਾਇਆ ਕਿ ਮੈਂ ਤੇਰੀ ਕੋਈ ਮਦਦ ਕਰ ਰਿਹਾ। ਮਿੱਤਰਚਾਰੀ ਇਹਨੂੰ ਕਹਿੰਦੇ ਆ, ਸੇਵਾ ਇਸ ਨੂੰ ਕਹਿੰਦੇ ਆ, ਕਰੋ ਸੇਵਾ। ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਤੁਸੀਂ ਧੰਨੋ ਬੜੀ ਸੇਵਾ ਕਰਦੇ ਹੋ, ਸ਼ਹੀਦ ਪਰਿਵਾਰਾਂ ਦੀ ਵੀ ਕਰਦੇ ਹੋ, ਲੋੜਵੰਦਾਂ ਦੀ ਵੀ ਕਰਦੇ ਹੋ, ਪਰ ਜਲੀਲ ਨਾ ਕਰਿਆ ਕਰੋ, ਬਹੁਤ ਜਲੀਲ ਕਰਦੇ ਆ। ਮੈਨੂੰ ਤਾਂ ਬੜਾ ਹੋਰ ਤਰ੍ਹਾਂ ਦਾ ਹੀ ਲੱਗਦਾ, ਚਾਰ ਚਾਰ ਬੰਦੇ ਇਕੱਠੇ ਕਰ ਲੈਂਦੇ ਆ, ਫਿਰ ਅਗਲਿਆਂ ਦੀਆਂ ਫਿਲਮਾਂ ਬਣਾਉਣ ਲੱਗ ਜਾਂਦੇ ਆ। ਸੋ ਸਾਧ ਸੰਗਤ ਜੀ, ਇਹ ਕੋਈ ਸੇਵਾ ਕਰਨ ਦਾ ਚੰਗਾ ਤਰੀਕਾ ਨਹੀਂ। ਸੇਵਾ ਤਾਂ ਇਉਂ ਕਰੋ, ਆਪਣੇ ਆਪ ਨੂੰ ਨਿਮਾਣਾ ਰੱਖ ਕੇ ਸੇਵਾ ਕਰੋ, ਗੁਰਮੁਖਾਂ ਵਾਂਗੂ ਸੇਵਾ ਕਰੋ, ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਸੇਵਾ ਕੌਣ ਕਰ ਗਿਆ। ਅਗਲੇ ਦੀ ਵੀ ਆਨ ਸ਼ਾਨ ਉੱਚੀ ਰੱਖੋ, ਉਹਨੂੰ ਵੀ ਨੀਵਾਂ ਨਾ ਦਿਖਾਓ। ਜਿਹਦੀ ਮਦਦ ਕਰਨ ਆ ਗਏ ਉਹਦਾ ਹੀ ਢੰਡੋਰਾ ਪਿੱਟਤਾ ਸਾਰੀ ਦੁਨੀਆਂ ਦੇ ਵਿੱਚ ਵਿਚਾਰੇ ਦਾ, ਉਹ ਕਾਹਦੀ ਉਹਦੀ ਇੱਜ਼ਤ ਰੱਖੀ। ਸੋ ਭਾਈ, ਇਸ ਤਰ੍ਹਾਂ ਦਾ ਖਿਆਲ ਜੇ ਮਨ ਵਿੱਚ ਆਉਂਦਾ ਉਹਨੂੰ ਦੂਰ ਕਰਕੇ ਨਾ ਗੁਪਤ ਸੇਵਾ ਕਰੋ, ਗੁਪਤ।
ਜਿੰਨੀ ਕੋਈ ਗੁਪਤ ਬਾਣੀ ਪੜ੍ਹਦਾ, ਜਿੰਨੀ ਕੋਈ ਗੁਪਤ ਸੇਵਾ ਕਰਦਾ, ਓਨਾ ਹੀ ਉਹਦਾ ਵੱਡਾ ਫਲ ਮਿਲਦਾ ਉਸ ਨੂੰ। ਜੇ ਦਿਖਾ ਕੇ ਬਾਣੀ ਪੜ੍ਹੀ, ਸਿਮਰਨ ਕੀਤਾ, ਦਿਖਾ ਕੇ ਦਾਨ ਕੀਤਾ, ਉਹਦਾ ਓਨਾ ਫਲ ਨਹੀਂ ਰਹਿ ਜਾਂਦਾ। ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪੜ੍ਹਦੇ ਕੇ ਅਧਿਕਾਰੀ। ਭਜਨ ਵੀ ਸਾਧ ਸੰਗਤ ਜੀ ਗੁਪਤ ਕਰਨਾ, ਭੋਜਨ ਵੀ ਪੜ੍ਹਦੇ ਵਿੱਚ ਕਰਨਾ, ਰੁੱਖਾ ਮਿੱਸਾ ਜਿਹੋ ਜਿਹਾ ਪਰਮੇਸ਼ਰ ਦਵੇ। ਇਸ ਕਰਕੇ ਖਜ਼ਾਨੇ ਦਾ ਵੀ ਪੜਦਾ ਰੱਖਣਾ, ਇਹ ਸਿਆਣੇ ਪੁਰਸ਼ਾਂ ਦਾ ਕਥਨ ਹੈ। ਇਸ ਕਰਕੇ ਦਾਨ ਪੁੰਨ ਕਰੋ, ਆਪਣੀ ਨੇਕ ਕਮਾਈ ਨੂੰ ਸਫਲੀ ਕਰੋ, ਪਰ ਪਰਮੇਸ਼ਰ ਦਾ ਸਮਝ ਕੇ ਕਰੋ। ਆਪਣੀ ਉਹਦੇ 'ਤੇ ਮੇਰ ਨਾ ਰੱਖੋ, ਆਪਣਾ ਹੰਕਾਰ ਨਾ ਕਰੋ ਮਨ ਵਿੱਚ ਕਿ ਮੈਂ ਕਰਨੇ ਆ, ਤੂੰ ਕੌਣ ਹੈ ਕਰਨ ਵਾਲਾ, ਤੇਰੇ ਪੱਲੇ ਵੀ ਕੀ ਹੈ। ਜੇ ਰੱਬ ਤੈਨੂੰ ਦੋ ਹੱਥ ਨਾ ਦਿੰਦਾ, ਤੈਨੂੰ ਪੈਰ ਨਾ ਦਿੰਦਾ, ਤੈਨੂੰ ਕੋਈ ਬਰਕਤ ਨਾ ਪਾਉਂਦਾ, ਤੂੰ ਭਲਿਆ ਕੀ ਕਰ ਲੈਣਾ ਸੀ। ਐਸਾ ਮਨ ਵਿੱਚ ਭਾਵ ਰੱਖੋ ਹਮੇਸ਼ਾ ਕਿ ਸੇਵਾ ਵੀ ਕਰੋ ਪਰ ਅਗਲੇ ਨੂੰ ਜਿਤਾਓ ਵੀ ਨਾ। ਨਿਮਰਤਾ, ਇਹਦਾ ਕਰਕੇ ਵੇਖੋ ਇਹਦਾ ਕਿੰਨਾ ਫਲ ਮਿਲੇਗਾ। ਵੈਸੇ ਤਾਂ ਕੋਈ ਵੀ ਦਾਨ ਪੁੰਨ ਕਰਕੇ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ, ਜੀਵਨ ਵਿੱਚ ਨਿਸ਼ਕਾਮ ਕਰਨਾ ਚਾਹੀਦਾ ਨੇਕ ਭਲਾ ਪੁੰਨ ਦਾ ਕਰਮ, ਪਰ ਫਿਰ ਵੀ ਜਿੰਨਾ ਹੋ ਸਕੇ ਓਨਾ ਹੀ ਗੁਪਤ ਤੋਂ ਗੁਪਤ ਇਹਨੂੰ ਰੱਖਣਾ ਚਾਹੀਦਾ। ਹਰ ਇੱਕ ਦਾ ਮਾਣ ਸਤਿਕਾਰ ਰਹੇ, ਅਗਲੇ ਨੂੰ ਮਹਿਸੂਸ ਨਾ ਹੋਵੇ। ਸੋ ਮਹਾਰਾਜ ਕਹਿੰਦੇ ਭਾਈ ਦਸਵੰਧ ਗੁਰੂ ਦੇ ਨਿਮਿੱਤ ਦੇਣਾ, ਜਿਹੜੀ ਕਮਾਈ ਬਚ ਗਈ ਉਹਦੇ ਵਿੱਚੋਂ ਕਰੋ ਭਲਾ, ਲੋੜਵੰਦਾਂ ਦੀ ਸੇਵਾ ਕਰੋ, ਜ਼ਰੂਰਤਮੰਦਾਂ ਦੀ ਸੇਵਾ ਕਰੋ, ਦੁਖੀਆਂ ਦੀ ਸੇਵਾ ਕਰੋ, ਕਰੋ ਜ਼ਰੂਰ ਕਰੋ, ਪਰ ਇਹ ਵੀ ਨਾ ਕਹੀ ਜਾਓ ਕਿ ਗੋਲਕਾਂ 'ਚ ਪੈਸਾ ਨਾ ਪਾਓ, ਗੁਰਦੁਆਰਿਆਂ 'ਚ ਮਾਇਆ ਦੇਣ ਦੀ ਲੋੜ ਨਹੀਂ। ਇਹ ਵੀ ਗਲਤ ਪ੍ਰਚਾਰ ਹੋ ਰਿਹਾ। ਗੁਰੂ ਘਰਾਂ 'ਚ ਜਿਹੜੀ ਸੇਵਾ ਆ ਰਹੀ ਹੈ, ਹੁਣ ਮੰਨ ਲਓ ਤੁਹਾਡੇ ਗੋਲਕ ਵਿੱਚ ਮਾਇਆ ਆਈ ਹੈ, ਪ੍ਰਬੰਧਕਾਂ ਨੇ, ਕਮੇਟੀ ਨੇ, ਸੰਗਤਾਂ ਨੇ ਕਿੰਨਾ ਸੋਹਣਾ ਗੁਰਦੁਆਰ ਬਣਾ ਲਿਆ, ਮਹਾਰਾਜ ਦਾ ਗੁਰਦੁਆਰ ਬਣ ਗਿਆ, ਦਰਬਾਰ ਸਾਹਿਬ ਬਣ ਗਿਆ, ਲੰਗਰ ਬਣ ਜਾਏਗਾ, ਜਗ੍ਹਾ ਖਰੀਦੀ ਜਾਂਦੀ ਹੈ, ਫਿਰ ਉਹ ਲੰਗਰ ਸੋਹਣਾ ਲੱਗ ਜਾਂਦਾ, ਜੋੜ ਮੇਲੇ ਅਖੰਡ ਪਾਠ ਸਾਹਿਬ ਹੁੰਦੇ ਹੈ, ਇਹ ਤੁਹਾਡੀ ਨੇਕ ਕਮਾਈ ਸਫਲੀ ਹੁੰਦੀ ਹੈ ਗੁਰਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਦਸਵੰਧ ਗੁਰੂ ਦੇ ਨਿਮਿੱਤ, ਜਿਹੜਾ ਦਸਵਾਂ ਹਿੱਸਾ ਨਾ ਆਪਣਾ ਉਹ ਗੁਰੂ ਦੇ ਨਿਮਿੱਤ ਹੀ ਦੇਣਾ ਹੈ ਹਮੇਸ਼ਾ।